ਜਦੋਂ ਤੁਸੀਂ ਦੇਖ ਰਹੇ ਹੋ ਫੋਟੋ ਅੱਜ ਇਸ ਕਮੀਜ਼ ਦੇ ਉੱਤੇ ਸਾਹਮਣੀ ਸਾਈਡ 'ਤੇ ਪਲੇਟ ਪਾਇਆ ਹੋਇਆ ਦੇਖੋ, ਇਸ ਤਰ੍ਹਾਂ ਪਲੇਟ ਪਾ ਕੇ ਪੱਟੀ ਬਣੀ ਹੋਈ ਹੈ ਇਹਦੀ। ਦੂਸਰੀ ਬੈਕ ਸਾਈਡ ਹੈ ਉਹਦੀ, ਹੁਣ ਤੀਰੇ ਦੇ ਵਿੱਚ ਪਲੇਟ ਪਾਏ ਹੋਏ ਹੈ, ਇੱਕ ਤੀਰੇ ਦੀ ਪਲੇਟ ਉੱਧਰਲੇ ਪਾਸੇ ਹੈ, ਇੱਕ ਇੱਧਰਲੇ ਪਾਸੇ ਪਲੇਟ ਪਾਇਆ ਹੋਇਆ। ਇਸ ਕਮੀਜ਼ ਦਾ ਕਟਿੰਗ ਦਾ ਤਰੀਕਾ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਕਟਿੰਗ ਕੀਤੀ ਹੈ ਇਹ। ਇਹ ਜੋ ਛਾਤੀ ਦਾ ਅੱਧਾ ਹਿੱਸਾ ਕਰਕੇ ਆਪਾਂ 32 ਇੰਚ ਛਾਤੀ ਹੈ ਇਹਦੀ, 8 ਇੰਚ ਐਕਸਟਰਾ ਕੱਪੜਾ ਲੈਣਾ ਇਹਦੇ 'ਚ, ਜਾਣੀ ਕਿ 24 'ਤੇ ਨਿਸ਼ਾਨ ਲਾਉਣਾ ਇਹਦਾ। ਜਿੰਨੀ ਵੀ ਛਾਤੀ ਹੋਵੇ ਤਾਂ ਅੱਧ ਕਰ ਲੈਣਾ, ਅੱਧ ਕਰਕੇ 8 ਇੰਚ ਖੁੱਲ੍ਹਾ ਰੱਖਣਾ ਹੈ, ਇਹਦੇ ਨਾਲ ਨਿਸ਼ਾਨ ਲਾ ਕੇ ਕਟਿੰਗ ਕਰ ਦੇਣੀ ਇਹਦੀ। ਅਗਰ ਤੁਸੀਂ ਇਸ ਚੈਨਲ 'ਤੇ ਨਏ ਹੋ ਤਾਂ ਜ਼ਿਆਦਾ ਜ਼ਿਆਦਾ ਚੈਨਲ ਨਾਲ ਜੁੜੋ, ਪਲੇਲਿਸਟ 'ਚ ਜਾ ਕੇ ਦੇਖੋ, ਹੋਰ ਵੀ ਵੀਡੀਓ ਬਹੁਤ ਪਾਈਆਂ ਹੋਈਆਂ ਮੇਰੀਆਂ, ਤਾਂ ਕਿ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ। ਇਸ ਤਰ੍ਹਾਂ ਕਰਕੇ ਕਟਿੰਗ ਕਰ ਦੇਣੀ ਹੈ ਇਹਦੀ। ਹੁਣ ਇਹ ਸੈਂਟਰ ਦੀ ਕਰੀਜ਼ ਬਣਾਉਣੀ ਹੈ, ਜੋ ਪਹਿਲਾਂ ਹੋਰ ਮੇਰੀ ਕਟਿੰਗ ਪਾਈ ਹੋਈ ਕਮੀਜ਼ਾਂ ਦੀ, ਉਹ ਸਭ ਫਿਟਿੰਗ ਵਾਲੀ ਕਮੀਜ਼ਾਂ ਦੀ ਪਾਈ ਹੋਈ ਹੈ, ਜਿਹੜੀ ਚੋਲਾ ਪੱਟੀ ਚੱਲਦੇ ਅੱਜ ਕੱਲ੍ਹ, ਉਹਨਾਂ ਦੀ ਕਟਿੰਗ ਪਾਈ ਹੋਈ ਹੈ। ਇਹ ਬਿਲਕੁਲ ਸਿੰਪਲ ਕਮੀਜ਼ ਪਜਾਮਾ ਹੈਗਾ। ਇਸ ਤਰ੍ਹਾਂ ਕਰਕੇ ਨਾਖੁਨ ਮਾਰ ਕੇ ਸੈਂਟਰ ਦੀ ਕਰੀਜ਼ ਬਣਾ ਦੇਣੀ ਹੈ ਇਹਦੀ। ਇਹਨੂੰ ਡਬਲ ਕਰ ਲੈਣਾ ਕੱਪੜੇ ਨੂੰ ਸਾਰੇ ਨੂੰ, ਇਸ ਤਰ੍ਹਾਂ ਬਰਾਬਰ ਕਰਕੇ ਕੱਪੜੇ ਨੂੰ ਬਿਲਕੁਲ ਸੈਂਟਰ ਦਾ ਨਿਸ਼ਾਨ ਬਣਾ ਕੇ ਪਲੇਲਿਸਟ 'ਚ ਜਾ ਕੇ ਦੇਖੋ, ਹੋਰ ਵੀ ਬਹੁਤ ਵੀਡੀਓ ਪਾਈਆਂ ਹੋਈਆਂ ਮੇਰੀਆਂ। ਆਉਣ ਵਾਲੀ ਵੀਡੀਓ ਤੁਹਾਨੂੰ ਦੱਸਾਂਗੇ ਰਿੰਗ ਬਟਨ ਲਾਉਣ ਦਾ ਤਰੀਕਾ। ਇਸ ਤਰ੍ਹਾਂ ਥੱਲੋਂ ਘੇਰੇ ਦੀ ਗੁਲਾਈ ਦੇਣੀ ਹੈ ਬਰਾਬਰ, ਪੱਲੇ ਰੱਖ ਕੇ ਇੱਕੋ ਜਿਹੇ ਪੱਲੇ ਕਰ ਲੈਣੇ ਚਾਰੇ, ਇਹ ਤਾਂ ਘੇਰੇ ਦੀ ਗੁਲਾਈ ਦੇ ਕੇ ਥੱਲੋਂ ਸਾਹਮਣੀ ਸਾਈਡ ਹੈ ਜਿਹੜੀ ਆਪਾਂ 1 ਇੰਚ ਥੱਲੇ ਲਾਉਣੀ ਹੈ। ਇਹ ਤਾਂ ਕਟਿੰਗ ਕਰ ਲਓ ਇੱਕੋ ਜਿਹੀ ਗੁਲਾਈ ਦੇ ਕੇ, ਸਾਰੀ ਸਾਫ਼ ਸਾਫ਼ ਕਢਾਈ ਹੋਣੀ ਚਾਹੀਦੀ ਇਹਦੀ। ਹੁਣ ਸਾਹਮਣਾ ਹੁਣ 1 ਇੰਚ ਥੱਲੇ ਲਾਉਣਾ ਹੈ, ਆਹ ਦੇਖੋ ਮੈਂ ਥੱਲੇ ਲਾ ਰਿਹਾ, ਇਸ ਤਰ੍ਹਾਂ ਕਰਕੇ 1 ਇੰਚ ਥੱਲੇ ਸਾਹਮਣਾ ਲਾ ਦਿਉ, ਤਾਂ ਕਿ ਜਿਹੜਾ ਕੋਈ ਕਮੀਜ਼ ਪਾਏਗਾ ਤਾਂ ਉਹਦਾ ਅੱਗਾ ਪਿੱਛਾ ਇੱਕੋ ਜਿਹਾ ਦਿਖੂਗਾ। ਕਈ ਵਾਰ ਤੁਸੀਂ ਦੇਖਣਾ ਹੈ ਕਿ ਬੈਕ ਵਾਲਾ ਪੱਲਾ ਵੱਡਾ ਹੁੰਦਾ ਹੈਗਾ, ਸਾਹਮਣਾ ਪੱਲਾ ਛੋਟਾ ਹੁੰਦਾ, ਉੱਚਾ ਚੱਕਿਆ ਜਾਂਦਾ ਹੈਗਾ। ਇਹ 34 ਇੰਚ ਕਮੀਜ਼ ਦੀ ਲੰਬਾਈ ਹੈਗੀ, ਇਹ ਮੈਂ 16 ਇੰਚ ਪੱਟੀ ਦਾ ਨਿਸ਼ਾਨ ਲਗਾ ਰਿਹਾ ਹੈਗਾ। ਸਾਈਡ ਤੋਂ 1.25 ਇੰਚ ਪੱਚੀ ਆਪਾਂ ਛੱਡ ਦੇਣੀ ਹੈ ਇਹਤੋਂ। ਉਦੋਂ ਬਾਅਦ ਤੀਰੇ ਦਾ ਅੱਧਾ ਹਿੱਸਾ ਕਰਨਾ ਹੈ, 17.5 ਇੰਚ ਤੀਰਾ ਇਹਦਾ, ਜਿਹੜਾ ਕਿ ਦੋ ਕੁ ਸੂਤ ਫਾਲਤੂ ਨਿਸ਼ਾਨ ਲਾਵਾਂਗੇ ਆਪਾਂ, 9 ਇੰਚ ਨਿਸ਼ਾਨ ਲਗਾਵਾਂਗੇ ਇਹਦਾ। ਛਾਤੀ ਦਾ ਚੌਥੇ ਹਿੱਸੇ ਦਾ ਮੋਢੇ ਦਾ ਨਿਸ਼ਾਨ ਲਾਉਣਾ ਹੈ, 32 ਛਾਤੀ ਹੈ ਇਹਦੀ, 8 × 32 ਦਾ ਨਿਸ਼ਾਨ ਲਾਇਆ ਮੋਢੇ ਦਾ। ਇਹ 16 ਇੰਚ ਮੈਂ ਗਿਝੇ ਦਾ ਨਿਸ਼ਾਨ ਲਗਾ ਰਿਹਾ ਲੰਬਾਈ ਦਾ ਮੋਢੇ ਤੋਂ, 2 ਇੰਚ ਛੱਡ ਕੇ 7 ਇੰਚ ਦਾ ਮੂੰਹ ਰੱਖਿਆ ਇਹਦਾ ਗਿਝੇ ਦਾ। ਇਸ ਤਰ੍ਹਾਂ ਥੋੜ੍ਹੇ ਛੋਟੇ ਕੱਟ ਲੈ ਲੈਣੇ, ਉੱਪਰਲੀ ਸਾਈਡ 2 ਪੱਲੇ ਦੀ ਕਟਿੰਗ ਕਰਨੀ ਹੈ, ਜਿੱਥੇ ਤੀਰੇ ਦਾ ਨਿਸ਼ਾਨ ਲਾਇਆ ਆਪਾਂ 9 ਇੰਚ 'ਤੇ, ਉਹਦੇ ਬਰਾਬਰ 'ਤੇ ਕਟਿੰਗ ਲੈ ਕੇ ਜਾਣੀ ਹੈ। ਇਸ ਤਰ੍ਹਾਂ ਕਰਕੇ ਕਟਿੰਗ ਕਰ ਦੇਣੀ ਸਾਹਮਣੇ ਦੀ। ਬੈਕ ਸਾਈਡ ਦੀ ਜਿਹੜੀ ਕਟਿੰਗ ਕਰਨੀ ਹੈ, ਇਸ ਪਹਿਲਾਂ ਵਾਲੇ 9 ਇੰਚ ਨਾਲੋਂ ਘੱਟੋ ਘੱਟ 10 ਇੰਚ ਆਪਾਂ ਬੈਕ ਰੱਖਣੀ ਇਹਦੀ, 1 ਇੰਚ ਐਕਸਟਰਾ ਕੱਪੜਾ ਲੈਣਾ ਇਹਦੇ ਵਿੱਚ। ਉਹਦੇ ਬੈਕ ਸਾਈਡ 1 ਇੰਚ ਫਾਲਤੂ ਕੱਟੀ ਹੈ ਮੈਂ ਸਾਹਮਣੇ ਨਾਲੋਂ, ਉੱਪਰੋਂ ਨਾਲ ਬਚਾ ਲਓ ਕੱਟ ਦੇਣਾ ਇਹਨੂੰ। ਇਸ ਤਰ੍ਹਾਂ ਕਟਿੰਗ ਕਰਕੇ ਇਹਦੀ ਸਾਹਮਣੀ ਇੱਕ ਸਾਈਡ ਆਪਾਂ 1.5 ਇੰਚ ਥੱਲੋਂ ਕਟਿੰਗ ਕਰ ਦਾਂਗੇ ਇਹਦੇ, ਇਸ ਤਰ੍ਹਾਂ ਕ੍ਰੋਸ ਕਰ ਦੇਣੀ ਇਹਨੂੰ ਕਟਿੰਗ ਕਰਨ ਲੱਗੇ। ਬੈਕ ਸਾਈਡ ਇਹਦੀ 1/2 ਇੰਚ ਬੈਕ ਸਾਈਡ ਨਾਲ ਉੱਚੀ ਰੱਖਣੀ ਹੈਗੀ, ਇਸ ਤਰ੍ਹਾਂ ਕਰਕੇ ਕਟਿੰਗ ਕਰ ਲਓ। ਸਾਹਮਣੀ ਸਾਈਡ ਦੀ 1.5 ਇੰਚ ਕੱਟੀ ਹੈਗੀ, ਉਸ ਨਾਲ 1/2 ਇੰਚ ਆਪਾਂ ਬੈਕ ਵੱਡੀ ਰੱਖਣੀ ਹੈਗੀ। ਇਸ ਤਰ੍ਹਾਂ 4 ਕੱਟ ਲਾ ਲਓ ਇਹਦੇ ਸੈਂਟਰ 'ਚ ਇੱਕ, ਇੱਥੇ ਤੀਰੇ ਦੇ ਜੋ ਬੈਕ ਸਾਈਡ 'ਚ ਪਲੇਟ ਪਾਏ ਉਹ ਪਲੇਟ ਪੈਣੇ ਹੈਗੇ, ਤੀਰੇ ਦੀ ਲੰਬਾਈ ਨਾਲੋਂ 1.25 ਇੰਚ ਕੱਪੜਾ ਫਾਲਤੂ ਹੈ ਜਿਹੜਾ ਕਿ ਪਲੇਟ ਪੈਣ ਨੂੰ ਦੋਨਾਂ ਪਾਸੇ। ਆਹ ਦੇਖੋ ਨਿਸ਼ਾਨ ਲਗਾ ਕੇ ਦੱਸ ਰਿਹਾ ਮੈਂ, ਇੰਨਾ ਤਿਆਰ ਹੈ ਤੀਰਾ ਇਹਦਾ। ਆਹ ਜੋ ਕੱਪੜਾ ਬਚਿਆ ਇਹਦੇ ਪਲੇਟ ਪੈਣਗੇ ਇੱਕ ਉਧਲੀ ਸਾਈਡ ਇੱਕ ਉਧਲੀ ਸਾਈਡ। ਇਸ ਤਰ੍ਹਾਂ ਕਰਕੇ ਗਿਝੇ ਦੇ ਨਿਸ਼ਾਨ ਲਾਏ ਹੋਏ, ਜੋ 16 ਇੰਚ 'ਤੇ ਨਿਸ਼ਾਨ ਲਾਇਆ ਸੀਗਾ, ਦੂਜਾ 14 ਇੰਚ 'ਤੇ ਲੱਗਿਆ ਹੋਇਆ, ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਇਹਦੇ। ਸਾਹਮਣੀ ਸਾਈਡ 'ਚੋਂ ਨਿਸ਼ਾਨ ਲਾਇਆ ਆਪਾਂ,
ਉਸ ਨਿਸ਼ਾਨ ਦੇ ਬਰਾਬਰ ਬਰਾਬਰ ਪੱਟੀ ਕੱਟਣੀ ਹੈ। ਇੱਕ ਚੀਜ਼ ਦਾ ਧਿਆਨ ਰੱਖਿਓ, ਅਗਰ ਕੱਪੜੇ 'ਚ ਪੁੱਟ ਸਿੱਧ ਹੈਗੀ ਹੈ ਤਾਂ ਕੱਪੜਾ ਸਿੱਧਾ ਕਰਕੇ ਫਿਰ ਪੱਟੀ ਕੱਟਣੀ ਹੈ। ਜੇ ਇਸੇ ਤਰ੍ਹਾਂ ਸਿੱਧੇ ਰੱਖੇ ਰੱਖੇ ਕੱਟਤੀ ਤਾਂ ਪੱਟੀ ਪੁੱਠੇ ਪਾਸੇ ਬਣ ਜੂਗੀ ਇਹਦੀ। ਹਮੇਸ਼ਾ ਯਾਦ ਰੱਖਿਓ, ਜਿਹਦੇ ਪੁੱਟ ਸਿੱਧ ਹੋਵੇ ਤਾਂ ਸਿੱਧਾ ਕਰਕੇ ਕੱਪੜਾ ਫਿਰ ਕਟਿੰਗ ਕਰਨੀ ਹੈ ਪੱਟੀ ਦੀ। ਹੁਣ ਆ ਜਾਓ, ਗਲਮੇ ਦੀ ਗੁਲਾਈ ਦੇਣੀ ਹੈ ਆਪਾਂ। ਆਹ ਦੇਖੋ ਪੱਟੀ ਮੋੜੀ ਹੈ ਜਿਹੜੀ, ਇਸ ਤਰ੍ਹਾਂ ਪੱਟੀ ਮੁੜਨੀ ਹੈ ਇਹਦੀ। 2.5 ਇੰਚ ਦੀ ਆਪਾਂ ਗੁਲਾਈ ਦੇਣੀ ਹੈ ਇਹਦੀ ਕਮੀਜ਼ ਦੀ, ਗਲੇ ਦੀ। ਆਹ ਦੇਖੋ ਇਸ ਤਰ੍ਹਾਂ ਗੁਲਾਈ ਦੇ ਕੇ ਕਮੀਜ਼ ਦਾ ਅੱਗਾ ਪਿੱਛਾ ਤਿਆਰ ਹੋ ਗਿਆ। ਜਿਹੜੀ ਪਹਿਲਾਂ ਮੇਰੀ ਵੀਡੀਓ ਪਾਈ ਹੋਈ ਹੈ, ਸਭ ਚੌੜਾ ਪੱਟੀ ਕਮੀਜ਼ ਹੈ ਜੋ ਫਿਟਿੰਗ ਵਾਲੇ ਚੱਲ